ਗਿਲਾ ਹੈ ਦੇਬੀ ਨੂੰ ਕਿ ਦਿਲ ਦੀ ਹਾਲਤ ਸੰਵਰਦੀ ਕਿਉਂ ਨਹੀਂ, ਇਹ ਜ਼ਿੰਦਗੀ ਮਰਜ਼ੀ ਮੁਤਾਬਿਕ ਗੁਜ਼ਰਦੀ ਕਿਉਂ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, YouTube ਚੈਨਲ ਪੰਜਾਬੀ ਮੂਵੀਜ਼ ਅੱਡਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਵੀਡੀਓ ਲੈ ਕੇ ਆਏ ਹਾਂ ਇੱਕ ਇਹੋ ਜਿਹੇ ਪੰਜਾਬੀ ਗੀਤਕਾਰ ਅਤੇ ਗਾਇਕ ਬਾਰੇ ਜਿਨ੍ਹਾਂ ਨੂੰ ਪੰਜਾਬੀ ਗਾਇਕੀ ਦਾ ਮਾਰਗਦਰਸ਼ਕ ਕਹਿ ਸਕਦੇ ਹਾਂ ਅਤੇ ਜਿਨ੍ਹਾਂ ਦੇ ਗਾਣੇ ਗਾ ਕੇ ਪਤਾ ਨਹੀਂ ਕਿੰਨੇ ਸਿੰਗਰਾਂ ਦਾ ਨਾਂ ਬਣਿਆ ਅਤੇ ਹਿੱਟ ਹੋਏ। ਦੋਸਤੋ, ਮੈਂ ਗੱਲ ਕਰ ਰਿਹਾ ਪੰਜਾਬੀ ਗੀਤਕਾਰ ਅਤੇ ਗਾਇਕ ਦੇਬੀ ਮਕਸੂਸਪੁਰੀ ਦੀ। ਜਾਣਾਂਗੇ ਉਹਨਾਂ ਦੀ ਲਾਈਫ ਬਾਰੇ, ਉਹਨਾਂ ਦੇ ਗੀਤਕਾਰ ਬਣਨ ਦੇ ਸਫ਼ਰ ਬਾਰੇ, ਉਹਨਾਂ ਦੇ ਕੈਨੇਡਾ ਜਾ ਕੇ ਗਾਇਕ ਬਣਨ ਬਾਰੇ ਅਤੇ ਕੁਝ ਹੋਰ ਗੱਲਾਂ ਵੀ। ਬਾਕੀ ਦੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰੂੰਗਾ, ਜੇ ਤੁਸੀਂ ਅਜੇ ਤੱਕ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ 'ਤੇ ਪ੍ਰੈਸ ਕਰ ਲਵੋ ਤਾਂ ਜੋ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲਦੀ ਰਹੇ। ਦੋਸਤੋ, ਅਸੀਂ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਦੇਬੀ ਮਕਸੂਸਪੁਰੀ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ। ਅਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਦੇਬੀ ਮਕਸੂਸਪੁਰੀ ਦਾ ਜਨਮ 10 ਜੂਨ 1966 ਨੂੰ ਮਾਲਪੁਰ ਨੇੜੇ ਪਿੰਡ ਮਕਸੂਸਪੁਰ ਹੁਸ਼ਿਆਰਪੁਰ ਦੇ ਵਿੱਚ ਹੋਇਆ। ਦੇਬੀ ਮਕਸੂਸਪੁਰੀ ਜੀ ਦਾ ਅਸਲੀ ਨਾਮ ਗੁਰਦੇਵ ਸਿੰਘ ਗਿੱਲ ਹੈ। ਦੇਬੀ ਮਕਸੂਸਪੁਰੀ ਦੀ ਮੁੱਢਲੀ ਸਕੂਲ ਦੀ ਪੜ੍ਹਾਈ ਉਹਨਾਂ ਦੇ ਪਿੰਡ ਤੋਂ ਹੀ ਹੋਈ ਅਤੇ ਕਾਲਜ ਦੀ ਪੜ੍ਹਾਈ ਉਹਨਾਂ ਨੇ DAV ਕਾਲਜ ਹੁਸ਼ਿਆਰਪੁਰ ਤੋਂ ਪੂਰੀ ਕੀਤੀ। ਦੇਬੀ ਜਿਸ ਸਮੇਂ ਸਕੂਲ ਦੇ ਵਿੱਚ ਪੜ੍ਹਦੇ ਸੀ ਉਦੋਂ ਉਹਨਾਂ ਦਾ ਸਾਰਾ ਪਰਿਵਾਰ UP ਉਹਨਾਂ ਦੇ ਫਾਰਮ ਵਿੱਚ ਰਹਿਣ ਚਲਾ ਗਿਆ। ਦੇਬੀ ਮਕਸੂਸਪੁਰ ਪਿੰਡ ਵਿੱਚ ਆਪਣੇ ਚਾਚਾ ਜੀ ਕੋਲ ਰਹਿੰਦੇ ਸੀ। ਦੇਬੀ ਜਦੋਂ ਛੋਟੇ ਸੀ ਤਾਂ ਉਹਨਾਂ ਨੂੰ ਗਾਣੇ ਸੁਣਨ ਦਾ ਬਹੁਤ ਸ਼ੌਂਕ ਸੀ ਅਤੇ ਅਕਸਰ ਹੀ ਉਹ ਗਾਣੇ ਸੁਣਨ ਤੋਂ ਬਾਅਦ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਵਿੱਚ ਬੈਠ ਕੇ ਗਾਉਂਦੇ ਵੀ ਸੀ। ਇਸ ਸ਼ੌਂਕ ਨਾਲ ਉਹਨਾਂ ਨੂੰ ਫੁੱਟਬਾਲ ਖੇਡਣ ਦਾ ਵੀ ਬਹੁਤ ਸ਼ੌਂਕ ਸੀ। ਦੇਬੀ ਇਹਨਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਵੀ ਪੜ੍ਹਦੇ ਸੀ। ਅਕਸਰ ਮੇਲਿਆਂ ਦੇ ਵਿੱਚ ਜਾ ਕੇ ਪੰਜਾਬੀ ਸਾਹਿਤ, ਕਹਾਣੀਆਂ, ਨੋਵਲ, ਕਵਿਤਾਵਾਂ ਅਤੇ ਗਾਣਿਆਂ ਦੀਆਂ ਕਿਤਾਬਾਂ ਖਰੀਦ ਕੇ ਪੜ੍ਹਦੇ ਸੀ। ਜੇ ਗੱਲ ਕਰੀਏ ਦੇਬੀ ਦੀ ਪਰਸਨਲ ਲਾਈਫ ਦੀ ਤਾਂ ਉਹਨਾਂ ਦਾ ਸਾਰਾ ਪਰਿਵਾਰ ਕਾਫੀ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ। ਉਹਨਾਂ ਦੀ ਪਤਨੀ ਦਾ ਨਾਮ ਪ੍ਰਭ ਦਿਆਲ ਕੌਰ ਹੈ ਅਤੇ ਦੇਬੀ ਅਤੇ ਉਹਨਾਂ ਦੀ ਪਤਨੀ ਦੀਆਂ 3 ਬੇਟੀਆਂ ਵੀ ਨੇ। ਦੋਸਤੋ, ਹੁਣ ਗੱਲ ਕਰਦੇ ਹਾਂ ਦੇਬੀ ਦੇ ਗੀਤਕਾਰੀ ਦੇ ਸਫ਼ਰ ਦੀ। ਦੇਬੀ ਜਦੋਂ ਕਾਲਜ ਵਿੱਚ ਪੜ੍ਹਦੇ ਸੀ ਤਾਂ ਉਦੋਂ ਉਹਨਾਂ ਨੇ ਪਹਿਲਾ ਗਾਣਾ ਲਿਖਿਆ ਅਤੇ ਉਹਨਾਂ ਦਾ ਪਹਿਲਾ ਲਿਖਿਆ ਗਾਣਾ ਪੰਜਾਬ ਦੇ ਮਹਿਰੂਮ ਗਾਇਕ ਕੁਲਦੀਪ ਮਾਣਕ ਜੀ ਨੇ 1994 ਦੇ ਵਿੱਚ ਗਾਇਆ, ਜਿਸ ਦਾ ਟਾਈਟਲ ਸੀ ਧੀਦੋ ਰਾਂਝਾ ਹੰਝੂਕੇਰ ਦਾ। ਅਤੇ ਉਹਨਾਂ ਦਾ ਇਹ ਗਾਣਾ ਕੁਲਦੀਪ ਮਾਣਕ ਤੱਕ ਪਹੁੰਚਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਸਵੰਤ ਸੰਧੀਲਾ ਦਾ ਰਿਹਾ। ਇਸ ਗਾਣੇ ਤੋਂ ਬਾਅਦ ਦੇਬੀ ਮਕਸੂਸਪੁਰੀ ਦੇ ਗਾਣੇ ਕਈ ਹੋਰ ਸਿੰਗਰਸ ਨੇ ਵੀ ਗਾਏ, ਜਿਵੇਂ ਕਿ ਸਰਦੂਲ ਸਿਕੰਦਰ, ਹੰਸਰਾਜ ਹੰਸ, ਗੁਰਦਾਸ ਮਾਨ, ਮਨਮੋਹਨ ਵਾਰਿਸ, ਕਮਲ ਹੀਰ ਅਤੇ ਪ੍ਰਿੰਸ ਘੁੰਮਣ। ਪਰ ਦੇਬੀ ਨੂੰ ਜੋ ਅਸਲ ਪਹਿਚਾਣ ਮਿਲੀ ਉਹ ਉਹਨਾਂ ਦਾ ਇੱਕ ਗਾਣਾ ਸੀ, ਆਸ਼ਕਾਂ ਦੀ ਕਦੀ ਜ਼ਿੰਦਗੀ, ਸਾਹ ਸੋਹਣਿਆਂ ਤੋਂ ਮੰਗਦੇ ਉਧਾਰੇ। ਇਹਨਾਂ ਦਾ ਇਹ ਗਾਣਾ ਹੰਸਰਾਜ ਹੰਸ ਨੇ ਗਾਇਆ ਸੀ ਔਰ ਇਹ ਗਾਣਾ ਬਹੁਤ ਹੀ ਜ਼ਿਆਦਾ ਹਿੱਟ ਹੋਇਆ ਅਤੇ ਇਸ ਗਾਣੇ ਨੇ ਹੀ ਦੇਬੀ ਨੂੰ ਅਸਲ ਪਹਿਚਾਣ ਦਵਾਈ। ਇਸ ਗਾਣੇ ਤੋਂ ਬਾਅਦ ਦੇਬੀ ਕੈਨੇਡਾ ਚਲੇ ਗਏ। ਦੋਸਤੋ, ਇਹ ਤਾਂ ਸੀ ਦੇਬੀ ਜੀ ਦੇ ਗੀਤਕਾਰੀ ਤੱਕ ਦੇ ਸਫ਼ਰ ਦੀ ਕਹਾਣੀ। ਕੈਨੇਡਾ ਜਾਣ ਤੋਂ ਬਾਅਦ ਉਹਨਾਂ ਦਾ ਗਾਇਕੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਇਸ ਬਾਰੇ ਗੱਲ ਕਰਦੇ ਹਾਂ। ਕੈਨੇਡਾ ਆਉਣ ਤੋਂ ਬਾਅਦ ਦੇਬੀ ਨੇ ਟੈਕਸੀ ਚਲਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਸ਼ੀ ਦੇ ਮੌਕਿਆਂ ਅਤੇ ਹੋਰ ਵਿਆਹਾਂ ਦੇ ਮੌਕਿਆਂ 'ਤੇ ਗਾਉਣਾ ਸ਼ੁਰੂ ਵੀ ਕੀਤਾ। ਫਿਰ ਦੇਬੀ ਆਪਣੀ ਪਹਿਲੀ ਐਲਬਮ ਲੈ ਕੇ ਆਏ ਪਰ ਉਹਨਾਂ ਦੀ ਪਹਿਲੀ ਐਲਬਮ ਠੀਕ ਤਰੀਕੇ ਨਾਲ ਰਿਲੀਜ਼ ਨਾ ਹੋ ਸਕੀ। ਇਸ ਐਲਬਮ ਤੋਂ ਬਾਅਦ ਉਹਨਾਂ ਦੀ ਦੂਸਰੀ ਐਲਬਮ ਆਈ, ਜਿਸ ਦਾ ਨਾਮ ਸੀ ਦੁਨੀਆ ਸੁੰਨੀ ਹੋ ਜਾਵੇ ਜਦੋਂ ਮਾਂ ਨਹੀਂ ਰਹਿੰਦੀ। ਇਸ ਐਲਬਮ ਤੋਂ ਬਾਅਦ ਦੇਬੀ 2001 ਦੇ ਵਿੱਚ ਲੈ ਕੇ ਆਏ ਦੇਬੀ ਲਾਈਵ। ਦੇਬੀ ਲਾਈਵ ਨੂੰ ਪੰਜਾਬੀ ਆਡੀਅੰਸ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਅਤੇ ਇੰਨਾ ਵਧੀਆ ਰਿਸਪੌਂਸ ਮਿਲਿਆ ਕਿ ਉਸ ਤੋਂ ਬਾਅਦ ਦੇਬੀ ਲਾਈਵ ਦੇ ਹੋਰ ਵੀ ਬਹੁਤ ਪਾਰਟ ਆਏ ਅਤੇ ਹੁਣ ਵੀ ਆ ਰਹੇ ਨੇ। ਇੱਕ ਜ਼ਿਕਰਯੋਗ ਹੋਰ ਗੱਲ ਇੱਥੇ ਸਾਂਝੀ ਕਰਨਾ ਚਾਹੂੰਗਾ ਕਿ ਕੁਝ ਸਮਾਂ ਪਹਿਲਾਂ ਮਨਮੋਹਨ ਵਾਰਿਸ ਅਤੇ ਦੇਬੀ ਮਕਸੂਸਪੁਰੀ ਦੇ ਰਿਸ਼ਤਿਆਂ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਸੀ ਕਿ ਇਹਨਾਂ ਦੋਨਾਂ ਦੇ ਵਿੱਚ ਕੋਈ ਅਣਬਣ ਚੱਲ ਰਹੀ ਹੈ। ਸੋ ਦੋਸਤੋ, ਇਸ ਗੱਲ ਦੇ ਜਵਾਬ ਵਿੱਚ ਦੇਬੀ ਜੀ ਨੇ ਕਿਹਾ ਕਿ ਉਹਨਾਂ ਨੇ 10 ਸਾਲਾਂ ਤੱਕ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਨਾਲ ਐਜ਼ ਅ ਟੀਮ ਕੰਮ ਕੀਤਾ ਹੈ। ਸੰਗਤਾਰ ਉਹਨਾਂ ਦੇ ਗਾਣਿਆਂ ਦੇ ਵਿੱਚ ਮਿਊਜ਼ਿਕ ਦਿੰਦੇ ਸੀ ਅਤੇ ਉਹਨਾਂ ਨੇ ਵੀ ਕਈ ਗਾਣੇ ਮਨਮੋਹਨ ਵਾਰਿਸ ਨੂੰ ਦਿੱਤੇ। ਇੱਕ ਸਮਾਂ ਇਹੋ ਜਿਹਾ ਆਇਆ ਕਿ ਜਦੋਂ ਸੰਗਤਾਰ ਦੇ ਉੱਪਰ ਇੱਕੋ ਸਮੇਂ ਦੇ 3-4 ਐਲਬਮਸ ਦੇ ਮਿਊਜ਼ਿਕ ਦਾ ਪ੍ਰੈਸ਼ਰ ਹੁੰਦਾ ਸੀ ਤਾਂ ਮੈਨੂੰ ਚੰਗਾ ਨਹੀਂ ਲੱਗਾ, ਜਿਸ ਕਰਕੇ ਉਹਨਾਂ ਨੇ ਮਨਮੋਹਨ ਵਾਰਿਸ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਹਨਾਂ ਤੋਂ ਅਲੱਗ ਹੋ ਗਏ। ਬਾਕੀ ਅੱਜ ਵੀ ਅਸੀਂ ਪਹਿਲਾਂ ਦੀ ਤਰ੍ਹਾਂ ਮਿਲਦੇ ਹਾਂ, ਕਿਤੇ ਕੋਈ ਸ਼ੋਅ ਹੁੰਦਾ ਹੈ ਤਾਂ ਇਕੱਠੇ ਸ਼ੋਅ ਲਾਉਂਦੇ ਰਹਿੰਦੇ ਹਾਂ। ਬਾਕੀ ਰਹੀ ਗੱਲ ਮਨਮੋਹਨ ਵਾਰਿਸ ਨੂੰ ਗਾਣੇ ਦੇਣ ਦੀ ਤਾਂ ਮੇਰੇ ਕੋਲ ਹੁਣ ਇੰਨਾ ਮੈਟਰ ਨਹੀਂ ਹੁੰਦਾ, ਆਪਣੇ ਲਈ ਮੈਟਰ ਪੂਰਾ ਹੋ ਜਾਵੇ ਤਾਂ ਉਹੀ ਬਹੁਤ ਵੱਡੀ ਗੱਲ ਹੈ। ਦੋਸਤੋ, ਇਹ ਗੱਲ ਦੇਬੀ ਨੇ ਇੱਕ ਇੰਟਰਵਿਊ ਦੌਰਾਨ ਕਹੀ ਸੀ। ਅਖੀਰ ਵਿੱਚ ਗੱਲ ਕਰਦਿਆਂ ਦੇਬੀ ਮਕਸੂਸਪੁਰੀ ਬਾਰੇ ਕੁਝ ਫੈਕਟ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦੇਬੀ ਮਕਸੂਸਪੁਰੀ ਦੀ ਇੱਕ ਕਿਤਾਬ ਵੀ ਆ ਚੁੱਕੀ ਹੈ ਔਰ ਇਸ ਕਿਤਾਬ ਦਾ ਨਾਂ ਹੈ ਉਮੀਦਾਂ ਦੇ ਚਿਰਾਗ। ਜਿਸ ਸਮੇਂ ਦੇਬੀ ਨੇ ਆਪਣਾ ਪਹਿਲਾ ਗਾਣਾ ਕੁਲਦੀਪ ਮਾਣਕ ਨੂੰ ਦਿੱਤਾ ਸੀ ਉਸ ਸਮੇਂ ਦੇਬੀ ਦੀ ਉਮਰ ਸਿਰਫ 20 ਸਾਲਾਂ ਦੀ ਸੀ।
ਜਿਵੇਂ ਕਿ ਤੁਹਾਨੂੰ ਦੱਸਿਆ ਕਿ ਦੇਬੀ ਫੁੱਟਬਾਲ ਵੀ ਖੇਡਦੇ ਸੀ। ਤੁਹਾਨੂੰ ਦੱਸ ਦੇ ਕਿ ਦੇਬੀ ਇੱਕ ਬਹੁਤ ਵਧੀਆ ਫੁੱਟਬਾਲ ਪਲੇਅਰ ਸੀ ਅਤੇ ਯੂਨੀਵਰਸਿਟੀ ਲੈਵਲ ਤੱਕ ਫੁੱਟਬਾਲ ਖੇਡ ਚੁੱਕੇ ਨੇ। ਸੋ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਗੱਲ ਕੀਤੀ ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਦੇਬੀ ਮਖਸੂਸਪੁਰੀ ਬਾਰੇ। ਅਸੀਂ ਦੇਬੀ ਜੀ ਤੋਂ ਉਮੀਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਆਪਣੇ ਸਰੋਤਿਆਂ ਲਈ ਵਧੀਆ ਵਧੀਆ ਗੀਤ ਗਾਉਂਦੇ ਰਹਿਣ ਅਤੇ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਪਿਆਰ ਕਰਦੇ ਰਹਿਣ। ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਣੀ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ। ਜਿੰਨੇ ਵੀ ਫੈਨਸ ਨੇ ਦੇਬੀ ਮਖਸੂਸਪੁਰੀ ਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਅਤੇ ਤੁਹਾਡਾ ਕਿਹੜਾ ਗਾਣਾ ਫੇਵਰੇਟ ਹੈ ਇਹ ਵੀ ਜ਼ਰੂਰ ਦੱਸਿਓ। ਇਹੋ ਜਿਹੇ ਇੰਟਰਸਟਿੰਗ ਵੀਡੀਓਜ਼ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਕਲਾਕਾਰ ਬਾਰੇ ਜਾਣਕਾਰੀ ਦੇ ਨਾਲ। ਅਤੇ ਐਵੇਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਨੂੰ ਪ੍ਰੈਸ ਕਰੋ।